ਅੰਮ੍ਰਿਤਪਾਲ ਤੇ ਲੱਗੀ NSA ਨੂੰ ਲੈ ਕੇ ਸਦਨ ਦੇ ਅੰਦਰ ਤੇ ਬਾਹਰ ਜ਼ਬਰਦਸਤ ਤਕਰਾਰਬਾਜ਼ੀ ਹੋ ਰਹੀ ਹੈ। ਸਦਨ ਦੇ ਅੰਦਰ ਚੰਨੀ ਤੇ ਬਿੱਟੂ ਆਮੋ ਸਾਹਮਣੇ ਹੋ ਗਏ, ਜਦਕਿ ਬਾਹਰ CM ਮਾਨ ਨੇ ਅੰਮ੍ਰਿਤਪਾਲ ਤੇ ਲੱਗੀ NSA ਨੂੰ ਲੈ ਕੇ ਬਿਆਨ ਦਿੱਤਾ ਹੈ। ਖਡੂਰ ਸਾਹਿਬ ਤੋਂ ਆਜ਼ਾਦ ਸਾਂਸਦ ਅੰਮ੍ਰਿਤਪਾਲ ਸਿੰਘ ਬੇਸ਼ੱਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਪਰ ਇਸ ਦੇ ਬਾਵਜੂਦ ਹਾਲੇ ਵੀ ਸੁਰਖੀਆਂ 'ਚ ਬਣੇ ਹੋਏ ਨੇ। ਦਰਅਸਲ ਸੰਸਦ ਦੇ ਵਿੱਚ ਬਜਟ ਇਜਲਾਸ ਚੱਲ ਰਿਹਾ ਹੈ। ਪੰਜਾਬ ਦੇ ਸਾਰੇ ਸਾਂਸਦ ਆਪੋ ਆਪਣੀ ਹਾਜ਼ਰੀ ਲਵਾ ਰਹੇ ਨੇ, ਪਰ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਗੈਰ ਹਾਜ਼ਰ ਨੇ। ਨਿੱਜੀ ਤੌਰ 'ਤੇ ਭਾਵੇਂ ਕਿ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਦੇ ਵਿੱਚ ਨਹੀਂ ਪਹੁੰਚ ਸਕੇ, ਪਰ ਉਹਨਾਂ ਦਾ ਨਾਂ ਸੰਸਦ ਦੇ ਵਿੱਚ ਖੂਬ ਸੁਣਾਈ ਦੇ ਰਿਹਾ ਹੈ। ਪੰਜਾਬ ਦੇ ਹੋਰ ਮੁੱਦਿਆਂ ਦੇ ਨਾਲ ਨਾਲ ਅੰਮ੍ਰਿਤਪਾਲ ਸਿੰਘ ਦੇ ਉੱਤੇ ਲਾਈ ਗਈ NSA ਦਾ ਮੁੱਦਾ ਵੀ ਸੰਸਦ ਦੇ ਵਿੱਚ ਗੂੰਜਿਆ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਜਿਨ੍ਹਾਂ ਨੂੰ ਲੋਕ ਲੱਖਾਂ ਵੋਟਾਂ ਪਾ ਕੇ ਚੁਣ ਰਹੇ ਨੇ, ਸਰਕਾਰ ਉਹਨਾਂ ਦੇ ਉੱਤੇ NSA ਲਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵੀ ਇੱਕ ਅਣਐਲਾਨੀ ਐਮਰਜੈਂਸੀ ਹੈ। ਹਾਲਾਂਕਿ ਜਵਾਬ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੇਸ਼ ਧਰੋਹ ਦੀ ਗੱਲ ਆਖ ਦਿੱਤੀ। ਐਮਰਜੈਂਸੀ ਇਹ ਵੀ ਹੈ ਕਿ 20 ਲੱਖ ਲੋਕਾਂ ਦੁਆਰਾ 20 ਲੱਖ ਲੋਕਾਂ ਦੁਆਰਾ ਪੰਜਾਬ ਮੇਂ ਮੈਂਬਰ ਪਾਰਲੀਮੈਂਟ ਚੁਣਾ ਗਿਆ ਔਰ ਉਹ NSA ਲਗਾ ਕਰ ਅੰਦਰ ਰੱਖਾ ਹੁਆ ਹੈ। ਫਰੀਡਮ ਆਫ ਸਪੀਚ ਉਸਕੀ ਕੰਸਟੀਚੁਐਂਸੀ ਕੇ ਲੋਕੋਂ ਕੀ ਬਾਤ ਯਹਾਂ ਨਹੀਂ ਰੱਖ ਪਾ ਰਹੇ, ਯੇ ਵੀ ਐਮਰਜੈਂਸੀ ਹੈ। NSA ਕਿਸ ਪੇ ਲਗਾ ਹੁਆ ਹੈ? ਜੋ ਦੇਸ਼ ਔਰ ਪੰਜਾਬ ਕੋ ਤੋੜਨਾ ਚਾਹਤੇ ਥੇ ਉਨਕੇ ਉਪਰ ਲਗਾ। ਇਨਹੋਨੇ ਯਹਾਂ ਪੇ ਕਹਾ ਕਿਸਾਨੋਂ ਕੇ ਉਪਰ NSA ਲਗਾ ਹੈ, ਜੋ ਬਿਲਕੁਲ ਹੀ ਗਲਤ ਬਾਤ ਔਰ ਦੇਸ਼ ਕੋ ਔਰ ਪੰਜਾਬ ਕੋ ਤੋੜਨੇ ਕੀ ਆਜ ਬਾਤ ਇੱਕ XCM ਨੇ ਔਰ ਕਾਂਗਰਸ ਨੇ ਔਰ ਰਾਹੁਲ ਗਾਂਧੀ ਜੀ ਸਾਹਮਣੇ ਬੈਠ ਕੇ ਇਹ ਬਾਤ ਬੁਲਵਾ ਰਹੇ ਥੇ ਵੀ ਕਿਸਾਨੋਂ ਕੇ ਉਪਰ NSA ਲਗਾ ਹੈ। ਅੰਮ੍ਰਿਤਪਾਲ ਦੇ ਉੱਤੇ NSA ਦੇ ਸੰਦਰਭ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਵਾਲ ਹੋਇਆ। ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਸਾਰੇ ਮੈਂਬਰ ਪਾਰਲੀਮੈਂਟਾਂ ਦੇ ਲਈ ਹਾਂ, ਕਿਸੇ ਇੱਕ ਦੇ ਲਈ ਨਹੀਂ। CM ਨੇ ਕਿਹਾ ਕਿ ਕਾਨੂੰਨ ਵਿਵਸਥਾ ਲਈ ਜੋ ਸਹੀ ਹੋਏਗਾ ਉਹ ਕਰਾਂਗੇ। ਚੱਲ ਜੀ, ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ, ਜਾਂ ਤਾਂ ਕਾਂਗਰਸ ਦਾ ਸਟੈਂਡ ਕੀ ਹੈ, ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ, ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ। ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਹਾਂ ਕਰਦੇ, ਕਿਉਂਕਿ ਮੈਂ ਇਕੱਲਾ ਕਿਸੇ ਖਾਸ MP ਦਾ ਨਹੀਂ, ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ। ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਨਾ, ਉਸੇ ਸੰਵਿਧਾਨ ਮੁਤਾਬਕ ਕੱਲ੍ਹ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੈਨੂੰ ਚੱਲ। ਅੰਮ੍ਰਿਤਪਾਲ ਦਾ ਮੁੱਦਾ ਸਿਰਫ ਸੰਸਦ ਦੇ ਅੰਦਰ ਤੱਕ ਸੀਮਿਤ ਨਹੀਂ ਰਿਹਾ, ਬਾਹਰ ਵੀ ਅੰਮ੍ਰਿਤਪਾਲ ਦਾ ਨਾਂ ਗੂੰਜਿਆ। ਕਾਂਗਰਸ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੰਵਿਧਾਨ ਦੇ ਮੁਤਾਬਕ ਅੰਮ੍ਰਿਤਪਾਲ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਨੇ। ਮੇਰਾ ਇਹ ਕਹਿਣਾ ਹੈ ਕਿ ਇੱਕ ਚੁਣੇ ਹੋਏ ਵਿਅਕਤੀ ਕੋ ਜਿਸ ਪ੍ਰਕਾਰ ਕੀ ਸੁੱਖ ਸੁਵਿਧਾਏ ਜਾਂ ਜੋ ਵੀ ਕਾਂਸਟੀਟਿਊਸ਼ਨ ਕੇ ਮੁਤਾਬਕ ਮਿਲਣਾ ਚਾਹੀਏ ਵੋ ਹਰ ਵਿਅਕਤੀ ਕੋ ਮਿਲਣਾ ਚਾਹੀਏ, ਚਾਹੇ ਵੋ ਮੈਂ ਹੂੰ, ਚਾਹੇ ਅੰਮ੍ਰਿਤਪਾਲ ਹੈ, ਚਾਹੇ ਕੋਈ ਔਰ ਹੈ। ਇਸ ਤੋਂ ਬਾਅਦ ਜਦੋਂ ਸੰਸਦ ਤੋਂ ਬਾਹਰ ਆਏ ਚਰਨਜੀਤ ਚੰਨੀ ਨੂੰ ਅੰਮ੍ਰਿਤਪਾਲ ਦੇ ਸਿਲਸਿਲੇ ਦੇ ਵਿੱਚ ਸਵਾਲ ਕੀਤੇ ਗਏ ਤਾਂ ਉਹਨਾਂ ਦਾ ਜਵਾਬ ਕੀ ਸੀ ਉਹ ਵੀ ਸੁਣ ਲਓ। ਮੈਨੇ ਗਰੀਬੋਂ ਪੇ ਬਾਤ ਕੀ ਹੈ, ਮੈਨੇ ਕਿਸਾਨੋਂ ਕੀ ਬਾਤ ਕੀ ਹੈ ਕਿ ਕਿਸਾਨੋਂ ਕਾ ਜੋ ਆਪ MSP ਕੀ ਗਰੰਟੀ ਕੀ ਵਾਅਦਾ ਕੀਆ ਥਾ ਵੋ ਨਹੀਂ ਦੇ ਰਹੇ ਹੈ, ਤੋ ਮੈਨੇ ਪੂਰੇ ਬਜਟ ਪੇ ਚਰਚਾ ਕੀ ਹੈ। ਤੋ ਪਰ ਆਪ ਐਸਾ ਮਾਨਤੇ ਅੰਮ੍ਰਿਤਪਾਲ ਕੋ ਲੇਕਰ ਜੋ ਗੰਨੀ ਕੇ ਆਪ ਨੇ ਕਹਾ ਹੈ, ਅੰਮ੍ਰਿਤਪਾਲ ਕੋ ਕੁਝ ਬੋਲੇਗੇ ਅੰਦਰ ਬੋਲ ਜੰਨੀ ਜੀ, ਅੰਮ੍ਰਿਤਪਾਲ ਕੋ ਲੇਕਰ ਜੋ ਬੋਲਾ ਹੈ। ਬਜਟ ਸੈਸ਼ਨ ਚੱਲ ਰਿਹਾ ਹੈ, ਅੰਮ੍ਰਿਤਪਾਲ ਜੇਲ੍ਹ ਵਿੱਚ ਬੰਦ ਹੈ, ਪਰ ਉਹਨਾਂ ਨੂੰ ਜਿਤਾਉਣ ਵਾਲੇ ਕਈ ਲੋਕਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਸਾਂਸਦ ਬਣਨ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਜਾਣ, ਪਰ ਜੇਲ੍ਹ ਤੋਂ ਬਾਹਰ ਆਉਣਾ ਤਾਂ ਦੂਰ। ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਚੁਣੇ ਜਾਣ ਦੇ ਬਾਵਜੂਦ ਸੰਸਦ ਦੀ ਕਾਰਵਾਈ ਤੱਕ ਦੇ ਵਿੱਚ ਸ਼ਾਮਲ ਨਹੀਂ ਹੋ ਪਾ ਰਹੇ, ਤੇ ਇੱਕ ਚੁਣੇ ਹੋਏ ਸਾਂਸਦ ਦੇ ਨਾਲ ਅਜਿਹੇ ਵਤੀਰੇ ਨੂੰ ਹੀ
ਕਾਂਗਰਸ ਦੇ MP ਚਰਨਜੀਤ ਚੰਨੀ ਨੇ ਅਣਐਲਾਨੀ ਐਮਰਜੈਂਸੀ ਦੱਸਿਆ ਹੈ। ਹਾਲਾਂਕਿ ਹੁਣ ਵਿਰੋਧੀ ਇਹ ਸਵਾਲ ਕਰ ਰਹੇ ਨੇ ਕਿ ਇਕੱਲੇ ਚੰਨੀ ਹੀ ਨਹੀਂ ਬਲਕਿ ਪੂਰੀ ਕਾਂਗਰਸ ਨੂੰ ਇਸ ਮਸਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਨਿਊਜ਼ ਡੈਸਕ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।